ਅਸਲਾਮ ਵਾਲੇਕੁਮ ਖਬਰ ਵਲੋਗ ਯੂਟਿਊਬ ਚੈਨਲ ਖੁਸ਼ ਆਮਦੀਦ ਜੀ ਦੋਸਤੋ। ਅੱਜ ਇੱਕ ਛੋਟੀ ਜਿਹੀ ਵੀਡੀਓ ਬਣਾ ਰਹੀ ਹਾਂ ATS 'ਤੇ ਆ ਜਿਹੜੀ ਤੁਹਾਡੇ ਵਾਸਤੇ ਜੀ। ਕਹਿ ਰਹੇ ਨੇ ਜੀ ਕੁਛ ਦੋਸਤ ਕਹਿੰਦੇ ਨੇ ਵੀ ATS ਨੂੰ ਜਿਹੜਾ ਬੰਪਰ ਹੈ ਨਾ ਉਹਦੀ ਫਿਟਿੰਗ ਠੀਕ ਨਹੀਂ ਹੁੰਦੀ ਜਾਂ ਕਿ ਉਹ ਠੀਕ ਨਹੀਂ ਲੱਗਦਾ ਹੈਗਾ। ਅਤੇ ਹੁਣ ਇਸ ਜਿਹੜਾ ATS ਆ ਟਰੈਕਟਰ ਹੈਗਾ 2023 ਮਤਲਬ ਤਕਰੀਬਨ ਇਹ 30 ਘੰਟੇ ਚੱਲ ਚੁੱਕਿਆ ਹੈ, ਠੀਕ ਹੈ। ਅਤੇ ਇਹਨੂੰ ਜਨਾਬ ਆ ਬੰਪਰ ਲੱਗਿਆ ਹੋਇਆ ਤਕਰੀਬਨ ਇਹ ਹੈ 90 ਤੋਂ 95 ਕਿਲੋ ਦਾ ਬੰਪਰ ਹੈਗਾ। ਨਾਲ ਇਹਨਾਂ ਰਿਆਜ਼ ਜੱਟ ਤੋਂ ਮੋਡੀਫਾਈਡ ਜਿਹੜੀ ਛੱਤਰੀ ਹੈ ਸਿੱਧੂ ਮੂਸੇਵਾਲਾ ਡਿਜ਼ਾਇਨ ਜਿਹੜੀ ਮਸ਼ਹੂਰ ਹੈ ਉਹ ਲਗਵਾਈ ਹੋਈ ਹੈ। ਇਹ ਜਨਾਬ ਬੰਪਰ ਲੱਗਿਆ ਤਕਰੀਬਨ ਇਹ ਹੈ 90 ਤੋਂ 95 ਕਿਲੋ ਦਾ ਬੰਪਰ ਹੈਗਾ। ਲਾਈਟਾਂ ਜਿਹੜੀਆਂ ਨੇ ਉਹ ਲੈਦੇ ਨੇ, ਬਕਾਇਆ ਸੰਗਲੀਆਂ ਅਤੇ ਜੋ ਝਾਲਰਾਂ ਵਗੈਰਾ ਜਾਂ ਲੜੀਆਂ ਲੱਗੀਆਂ ਹੋਈਆਂ ਨੇ ਉਹ ਸਾਰੀਆਂ ਵਿੱਚ ਹੈਗੀਆਂ ਨੇ। ਇਹ ਤਕਰੀਬਨ ਕਹਿ ਰਹੇ ਨੇ ਜੀ 70,000 ਰੁਪਏ ਇਸ ਬੰਪਰ 'ਤੇ ਉਹਨਾਂ ਦਾ ਖਰਚਾ ਆ ਗਿਆ, ਠੀਕ ਹੈ। ਅਤੇ ਬੰਪਰ ਵੀ ਮਾਸ਼ਾਅੱਲਾ ਬੜਾ ਹੀ ਜ਼ਬਰਦਸਤ ਅਤੇ ਪਿਆਰਾ ਲੱਗ ਰਿਹਾ ਹੈਗਾ। ਅਤੇ ਮੈਂ ਕਿਹਾ ਜੀ ਤੁਹਾਨੂੰ ਥੋੜ੍ਹੇ ਵੀਰ ਭਰਾਵਾਂ ਇੱਕ ਛੋਟੀ ਜਿਹੀ ਵੀਡੀਓ ਬਣਾ ਕੇ ਦੱਸ ਦਈਏ ਕਿ ਇਹ ਜਨਾਬ ਹੁਣ ਬੰਪਰ ਦੀ ਜਿਹੜੀ ਫਿਟਿੰਗ ਹੋਈ ਆ ਇਹਦੇ ਜੀ ਹੁਣ ਤੁਸੀਂ ਇਹ ਦੇਖੋ ਇਹ ਮਹਿਸੂਸ ਹੀ ਨਹੀਂ ਹੋ ਰਿਹਾ ਕਿ ਬੰਪਰ ATS ਨੂੰ ਲੱਗਿਆ ਜਾਂ ਕਿ 75 ਜਾਂ 85 ਜਿਹੜੇ ਨੇ ਉਹਨਾਂ ਨੂੰ ਲੱਗਿਆ ਹੋਇਆ। ਇਹ ਦੇਖੋ ਬਿਲਕੁਲ ਜਿਹੜੀ ਗਾਡਰੀ ਹੈਗੀ ਉਹ ਸਿੱਧੀ ਲਗਾਏ ਨੇ ਇਸ ਤਰ੍ਹਾਂ ਸੇਮ ਹੈ ਜਿਵੇਂ 75-85 ਨੂੰ ਬੰਪਰ ਲੱਗਦਾ ਉਵੇਂ ਉਹਨਾਂ ਨੇ ਫਿਟਿੰਗ ਕੀਤੀ ਹੋਈ ਹੈ। ਚੈੱਕ ਕਰੋ ਤੁਸੀਂ 4 ਕਾਬਲੇ ਨਟ ਲਗਾ ਕੇ ਜਿਹੜੇ ਹੈਗੇ ਕਾਬਲੇ ਤੋਂ ਫਿਟਿੰਗ ਕੀਤੀ ਹੋਈ ਹੈ। ਇਹ ਜਨਾਬ ਇੱਥੇ ਜਿਹੜਾ ਥੱਲੇ ਵਾਲਾ ਝੁੱਲਾ ਹੈ ਉਹਦੇ ਨਾਲ ਇਹ ਥੋੜ੍ਹਾ ਜਿਹਾ ਉਹਨਾਂ ਲਾਰਿੰਗ ਜੀ ਲਾ ਕੇ ਇਸ ਤਰ੍ਹਾਂ ਕਰਕੇ ਇਹਨੂੰ ਥੋੜ੍ਹਾ ਜਿਹਾ ਉੱਚਾ ਜਿਹਾ ਜਨਾਬ ਸਿੱਧਾ ਜਿਹੜਾ ਨਾ ਉਹ ਐਂਗਲ ਲੈ ਗਏ ਨੇ, ਜਾਣੀ ਕਿ ਉਹਨੂੰ ਮੋੜਿਆ ਨਹੀਂ ਹੈਗਾ ਅਤੇ ਬਹੁਤ ਹੀ ਜ਼ਬਰਦਸਤ ਅਤੇ ਪਿਆਰਾ ਹੀ ਇਹ ਬੰਪਰ ਲੱਗ ਰਿਹਾ, ਠੀਕ ਹੈ। ਇਹ ਦੇਖ ਸਕਦੇ ਤੁਸੀਂ ਬਿਲਕੁਲ ਸਿੱਧਰੀ ਜਿਹੜੀ ਨਾ ਗਾਡਰੀ ਲਗਾਏ ਨੇ, ਸਿੱਧੀ ਤੀਰ ਜਾਣੀ ਕਿ ਮਹਿਸੂਸ ਨਹੀਂ ਹੋ ਰਿਹਾ। ਅਗਰ ਇਸ ਬੰਪਰ ਨੂੰ ਉਤਾਰ ਕੇ ਤੁਸੀਂ ਕਿਸੇ 75 ਟਰੈਕਟਰ ਨੂੰ ਜਾਂ 85 ਨੂੰ ਲਗਾਉਣਾ ਚਾਹੋ ਤਾਂ ਉਹਨੂੰ ਲੱਗ ਜਾਏਗਾ, ਕੋਈ ਮਸਲਾ ਨਹੀਂ ਹੈਗਾ, ਠੀਕ ਹੈ। ਥੱਲੜੀ ਜਿਹੜੀ ਫਰੰਟ ਸਾਈਡ 'ਤੇ ਜਿਹੜੇ 2 ਨਟ ਲੱਗੇ ਨੇ ਚੁੱਲ੍ਹੇ 'ਤੇ ਜਨਾਬ ਕਾਬਲ ਲੱਗੇ ਹੋਏ ਨੇ, ਉਹਨਾਂ ਦਾ ਸਿਰਫ ਵਾਧਾ ਘਟਾ ਭਰਨਾ ਪੈਣਾ ਹੈ। ਬਕਾਇਆ ਕੋਈ ਕਿਸੇ ਕਿਸਮ ਦਾ ਬੰਪਰ ਖਰਾਬ ਨਹੀਂ ਹੋਏਗਾ। ਦੇਖ ਸਕਦਾ ਜੀ ਇਹਨੂੰ ਕਹਿੰਦੇ ਨੇ ਜੀ ਕਾਰਾਗਰੀ, ਜਿਹੜੇ ਕਿ ਮਿਸਤਰੀ ਜਾਣਦੇ ਨੇ ਵੀ ਬੰਪਰ ਕਿਸ ਤਰ੍ਹਾਂ ਲਗਾਉਣ। ਹੋਰ ਵੀ ਕਈ ਟਰੈਕਟਰਾਂ ਨੂੰ ਬੰਪਰ ਲੱਗੇ ਨੇ ATS ਨੂੰ ਲਗਾਏ ਨੇ ਪਰ ਉਹਨਾਂ ਨੂੰ ਸਮਝ ਹੀ ਨਹੀਂ ਆਈ ਵੀ ਅਸੀਂ ਇਹਨਾਂ ਨੂੰ ਕਿਵੇਂ ਕਰਕੇ ਲਗਾਈਏ। ਉਹ ਖੂਬਸੂਰਤ ਹੀ ਨਹੀਂ ਲੱਗਦੇ, ਬਹੁਤ ਅਜੀਬ ਜਿਹਾ ਲੱਗ ਰਿਹਾ ਹੁੰਦੇ ਨੇ। ਇਹ ਜਨਾਬ ਬਹੁਤ ਹੀ ਜ਼ਬਰਦਸਤ ਅਤੇ ਪਿਆਰਾ ਬੰਪਰ ਲੱਗਿਆ। ਮੈਂ ਕਿਹਾ ਚਲੋ ਵੀਰ ਭਰਾਵਾਂ ਦੀ ਇੱਕ ਛੋਟੀ ਜਿਹੀ ਵੀਡੀਓ ਜਿਹੜੀ ਬਣਾ ਕੇ ਅਤੇ ਉਹ ਜਨਾਬ ਸ਼ੇਅਰ ਕਰ ਦਈਏ ਕਿ ਇਸ ਜਨਾਬ ਬੰਪਰ ਲੱਗਿਆ। ਇਹਦੇ ਜਿਹੜੀਆਂ ਲਾਈਟਾਂ ਨਾ ਬੀਮਾ ਲਗਵਾਈਆਂ ਨੇ, ਤਕਰੀਬਨ ਕਹਿ ਰਿਹਾ ਸੀ ਵੀ ਇੱਕ ਲਾਈਟ ਖਰੇ 2,000 ਰੁਪਏ ਦੇ ਵਿੱਚ ਉਹਨਾਂ ਨੂੰ ਪੈ ਗਈ ਹੈ। ਮਜ਼ੀਦ ਜਿਹੜਾ ਹੁਣ ਮਾਰਕੀਟ 'ਚ ਪਤਾ ਕਰਿਆ ਲੱਗੇਗਾ ਵੀ ਇਹ ਕਿੰਨੇ ਦੀ ਉਹਨਾਂ ਬੀਮਾ ਲਗਵਾਈਆਂ ਨੇ। ਬਾਕੀ ਜੀ ਬੀਮਾ ਦੀ ਲਾਈਟ ਬਹੁਤ ਤੇਜ਼ ਅੱਛੀ ਹੈ, ਟਰੈਕਟਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ, ਬਹੁਤ ਸੰਭਾਲ ਕੇ ਰੱਖਿਆ ਹੋਇਆ ਉਹਨਾਂ ਟਰੈਕਟਰ ਨੂੰ। ਤਕਰੀਬਨ ਹੋ ਗਏ ਨੇ 6 ਮਹੀਨੇ ਅਤੇ ਨਾਲੇ ਸਾਨੂੰ ਦੱਸਿਆ ਜੀ ਕਿ ਤੁਹਾਨੂੰ ਸਾਡੀ ਵੀਡੀਓ ਕੈਸੀ ਲੱਗੀ। ਓਕੇ ਅੱਲਾ।